ਸਹਿਜ ਸਮਾਧੀ ਕੀ ਹੈ? ਅਸੰਪਰਗਿਆ ਸਮਾਧੀ ਜਾਂ ਸੁਨ ਸਮਾਧੀ ਦੀ ਅਵਸਥਾ ਦਾ ਵਾਰ ਵਾਰ ਅਨੁਭਵ ਕਰਨ ਵਾਲਾ ਮਹਾਂਗਿਆਨੀ ਇੱਕ ਐਸੀ ਅਵਸਥਾ ਵਿੱਚ ਸਥਿਰ ਹੋ ਜਾਂਦਾ ਜਿਸ ਨੂੰ ਸਹਿਜ ਸਮਾਧੀ ਆਖਦੇ ਹਨ। ਜਿਵੇਂ ਨੀਂਦ ਦੀ ਅਵਸਥਾ ਖਤਮ ਹੋਣ 'ਤੇ ਜੀਵ ਜਾਗਰਤ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ, ਉਵੇਂ ਹੀ ਸੁਨ ਸਮਾਧੀ ਖਤਮ ਹੋਣ 'ਤੇ ਜੀਵ ਸਹਿਜ ਸਮਾਧੀ ਵਿੱਚ ਚਲਾ ਜਾਂਦਾ ਹੈ। ਸਹਿਜ ਸਮਾਧੀ ਵੀ ਚੌਥਾ ਪਦ ਹੀ ਹੈ, ਹਾਲਾਂਕਿ ਇਸ ਦੀ ਅਵਸਥਾ ਅਸੰਪਰਗਿਆ ਸਮਾਧੀ ਨਾਲੋਂ ਵੱਖਰੀ ਹੈ। ਗ੍ਰਹਿ ਕੁਟੰਬ ਮੈਂ ਸਹਿਜ ਸਮਾਧੀ, ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਗੁਰ ਕੀ ਸੇਵਾ ਮੀਠੀ ਲਾਗੀ, ਅਨ ਦਿਨ ਸੂਖ ਸਹਿਜ ਸਮਾਧੀ। ਹਰ ਹਰ ਕਰਤਿਆਂ ਮਨ ਨਿਰਮਲ ਹੋਵਾ, ਗੁਰ ਕੀ ਸੇਵ ਪਿਆਰੀ ਹੈ। ਸਹਿਜ ਸਾਲਾ ਹੀ ਸਦਾ ਸਦਾ ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਉੱਚਰੈ ਭਗਤ ਕਰੇ ਲਿਵ ਲਾਏ। ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਅਨ ਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ। ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਸਹਿਜ, ਸਹਿਜ ਦਾ ਭਾਵ ਹੈ ਜੋ ਨਾਲ ਹੀ ਪੈਦਾ ਹੋਇਆ। ਸਹਿਜ ਸਹਿਜਾਇਤੇ ਇਤੀ ਸਹਿਜਮ। ਆਤਮਾ ਪੈਦਾ ਨਹੀਂ ਹੁੰਦੀ, ਚਿੱਤ ਪੈਦਾ ਹੁੰਦਾ। ਜਦੋਂ ਚਿੱਤ ਪੈਦਾ ਹੋਇਆ ਉਸ ਵੇਲੇ ਉਸਦੀ ਇੱਕ ਖਾਸ ਵ੍ਰਿਤੀ ਰਹਿਤ ਅਵਸਥਾ ਸੀ, ਜਿਸ ਵਿੱਚ ਕੋਈ ਸੰਸਕਾਰ ਮੌਜੂਦ ਨਹੀਂ ਸੀ। ਇਹ ਅਵਸਥਾ ਹੀ ਸਹਿਜ ਸੀ। ਜੋ ਨਾਲ ਪੈਦਾ ਹੋਇਆ ਉਹ ਸਹਿਜ ਹੈ। ਚਿੱਤ ਦੀਆਂ ਵੱਖ ਵੱਖ ਵ੍ਰਿਤੀਆਂ ਨੂੰ ਵੱਖ ਵੱਖ ਸਮਾਧੀਆਂ ਦੌਰਾਨ ਹਟਾਇਆ ਜਾਂਦਾ ਹੈ। ਸਾਰੀਆਂ ਵ੍ਰਿਤੀਆਂ ਹਟਾ ਦੇਣ ਨਾਲ ਚਿੱਤ ਦਾ ਉਹ ਰੂਪ ਪ੍ਰਗਟ ਹੋ ਜਾਂਦਾ ਹੈ ਜੋ ਅਸਲ ਅਤੇ ਸਹਿਜ ਹੈ। ਸਹਿਜ ਅਵਸਥਾ ਦਾ ਜ਼ਿਕਰ ਕਰਦੇ ਹੋਏ ਕਬੀਰ ਸਾਹਿਬ ਆਖਦੇ ਹਨ, ਤਹਿ ਪਾਵਸ ਸਿੰਧ ਧੂਪ ਨਹੀਂ ਚਹੀਆ, ਤਹਿ ਉਤਪਤ ਪਰਲੋ ਨਾਹੀ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ, ਸੁਨ ਸਮਾਧ ਦੋ ਤਹਿ ਨਾਹੀ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲੁਕੀ ਲਗੈ ਨਾ ਪਾਰੀ। ਰਹਾਓ ਅਰਧ ਉਰਧ ਦੋ ਤਹਿ ਨਾਹੀ, ਰਾਤ ਦਿਨਸ ਤਹਿ ਨਾਹੀ। ਜਲ ਨਹੀਂ ਪਵਨ ਪਾਵਕ ਪੁਨ ਨਾਹੀ, ਸਤਿਗੁਰ ਤਹਾਂ ਸਮਾਈ। ਅਗਮ ਅਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤਸੰਗਤ ਮਿਲ ਰਹੀ ਹੈ। ਭਾਵ ਬਿਆਨ ਨਾ ਕੀਤੀ ਜਾ ਸਕਣ ਵਾਲੀ ਸਹਿਜ ਦੀ ਕਥਾ ਨਿਰਾਲੀ ਹੈ। ਇਸ ਨੂੰ ਤਕੜੀ ਉੱਤੇ ਤੋਲਿਆ ਨਹੀਂ ਜਾ ਸਕਦਾ, ਭਾਵ ਇਸ ਦੀ ਕਿਸੇ ਵਸਤੂ ਨਾਲ, ਕਿਸੇ ਹੋਰ ਅਵਸਥਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਸ ਅਵਸਥਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਹੋਰ ਐਸੀ ਅਵਸਥਾ ਵੀ ਨਹੀਂ ਜਿਸ ਨਾਲ ਤੁਲਨਾ ਕਰਕੇ ਸਹਿਜ ਦੀ ਅਵਸਥਾ ਨੂੰ ਉਸ ਤੋਂ ਹਲਕੀ ਜਾਂ ਉਸ ਤੋਂ ਵਧੀਆ ਕਿਹਾ ਜਾ ਸਕੇ। ਉਹ ਸਹਿਜ ਅਵਸਥਾ ਐਸੀ ਹੈ ਜਿੱਥੇ ਬਰਸਾਤ, ਸਮੁੰਦਰ, ਧੁੱਪ ਅਤੇ ਛਾਂ ਦੀ ਪਹੁੰਚ ਨਹੀਂ ਹੈ। ਉੱਥੇ ਉਤਪਤੀ ਅਤੇ ਪਰਲੋ ਨਹੀਂ ਹੈ। ਉੱਥੇ ਜੀਵਨ ਅਤੇ ਮੌਤ ਨਹੀਂ ਹੈ। ਉੱਥੇ ਦੁੱਖ ਸੁੱਖ ਨਹੀਂ ਵਿਆਪਦੇ। ਉਹ ਸੁਨ ਸਮਾਧੀ ਦੀ ਅਵਸਥਾ ਹੈ ਜਿੱਥੇ ਮਨ ਵਿੱਚ ਫੁਰਨੇ ਨਹੀਂ ਉੱਠਦੇ। ਉੱਥੇ ਦੁਈ ਦਵੈਤ ਨਹੀਂ ਹੈ। ਉੱਥੇ ਦੁਨਿਆਵੀ ਊਚ ਨੀਚ ਨਹੀਂ ਹੈ।
ਉੱਥੇ ਦਿਨ ਤੇ ਰਾਤ ਦਾ ਵੱਖਰੇਵਾ ਭਾਵ ਕਾਲ ਦਾ ਬੰਧਨ ਨਹੀਂ ਹੈ, ਵਕਤ ਦਾ ਬੰਧਨ ਨਹੀਂ ਹੈ। ਉੱਥੇ ਪਾਣੀ, ਹਵਾ, ਅਗਨੀ ਆਦਿ ਤ੍ਰਿਗੁਣਾਤਮਕ ਤੱਤ ਨਹੀਂ ਹਨ, ਉੱਥੇ ਸਤਿਗੁਰੂ ਪ੍ਰਭੂ ਹੀ ਸਮਾਏ ਹੁੰਦੇ ਹਨ। ਉਸ ਸਹਿਜ ਦੀ ਅਵਸਥਾ ਵਿੱਚ ਪਹੁੰਚ ਤੋਂ ਪਰੇ ਇੰਦਰੀਆਂ ਰਾਹੀਂ ਨਾ ਜਾਣਿਆ ਜਾ ਸਕਣ ਵਾਲਾ ਪ੍ਰਭੂ ਇੱਕ ਰਸ ਸਮਾਇਆ ਹੁੰਦਾ ਹੈ ਅਤੇ ਸਹਿਜ ਦੀ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਕਬੀਰ ਸਾਹਿਬ ਆਖਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਸਤਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ। ਸਹਿਜ ਤੋਂ ਇੱਕ ਹੋਰ ਭਾਵ ਵੀ ਲਿਆ ਜਾਂਦਾ ਹੈ ਬਿਨਾਂ ਯਤਨ ਤੋਂ। ਸਹਿਜ ਸਮਾਧੀ ਉਹ ਅਵਸਥਾ ਹੈ ਜੋ ਸਾਧਕ ਨੂੰ ਸਿਰਫ ਆਪਣੇ ਹੀ ਯਤਨ ਨਾਲ ਪ੍ਰਾਪਤ ਨਹੀਂ ਹੁੰਦੀ। ਇਹ ਸਮਾਧੀ ਦੀ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਆਪਣਾ ਕੀਤਾ ਹੋਇਆ ਯਤਨ ਸਫਲ ਨਹੀਂ ਹੁੰਦਾ। ਰਾਜਾ ਜਨਕ ਨੂੰ ਉਪਦੇਸ਼ ਕਰਦੇ ਹਨ। ਬ੍ਰਹਮ ਰਿਸ਼ੀ ਅਸ਼ਟਾਵਕਰ ਜੀ ਨੇ ਕਿਹਾ ਸੀ, ਨਿਸੰਗੋ ਨਿਸ਼ਕ੍ਰਿਯੋ ਸੀ ਤੁਮ ਸਵ ਪ੍ਰਕਾਸ਼ੋ ਨਿਰੰਜਨਾ ਅਯਮੇਵ ਹੀ ਤੇ ਬੰਧਾ ਸਮਾਧੀ ਮਨੁਤਿਸ਼ਟ ਸੀ। ਅਸ਼ਟਾਵਕਰ ਗੀਤਾ ਵਿੱਚ ਆਉਂਦਾ ਹੈ। ਇਹਦਾ ਭਾਵ ਹੈ ਕਿ ਤੂੰ ਨਿਸੰਗ ਹੈ, ਤੂੰ ਨਿਸ਼ਕਿਰਿਆ ਹੈ, ਕਿਰਿਆ ਰਹਿਤ ਹੈ, ਖੁਦ ਤੋਂ ਹੀ ਪ੍ਰਕਾਸ਼ਿਤ ਅਤੇ ਦੋਸ਼ ਰਹਿਤ ਹੈ, ਨਿਰੰਜਨ। ਇਹਨਾਂ ਦੀ ਪ੍ਰਾਪਤੀ ਲਈ ਤੂੰ ਜੋ ਸਮਾਧੀ ਦਾ ਅਨੁਸ਼ਠਾਨ ਕਰਦਾ ਹੈ, ਪ੍ਰਾਪਤੀ ਲਈ ਜੋ ਤੂੰ ਕੋਸ਼ਿਸ਼ ਕਰਦਾ, ਉਹੀ ਤੇਰਾ ਬੰਧਨ ਹੈ। ਮਨੁੱਖ ਦੇ ਹੱਥ ਕੁਝ ਨਹੀਂ ਹੈ। ਜਿਵੇਂ ਪ੍ਰਭੂ ਦੀ ਇੱਛਾ ਹੁੰਦੀ ਹੈ, ਪ੍ਰਭੂ ਉਵੇਂ ਹੀ ਕਰਾਉਂਦਾ ਹੈ। ਜੇ ਪ੍ਰਭੂ ਦੀ ਇੱਛਾ ਹੈ ਤਾਂ ਜੀਵ ਭਟਕਦਾ, ਜੇ ਪ੍ਰਭੂ ਦੀ ਇੱਛਾ ਹੈ ਤਾਂ ਜੀਵ ਪ੍ਰਭੂ ਭਗਤੀ ਪ੍ਰਾਪਤ ਕਰਕੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵ ਹੈ ਸੋਈ ਕਰਾਵੈ। ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਨਤ ਆਪਣ ਆਪ ਬਚੈ। ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰਿਆ ਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ। ਨਿਰਭਉ ਪ੍ਰਭੂ ਨਾਲ ਇੱਕ ਰੂਪਤਾ ਪ੍ਰਾਪਤ ਕਰਕੇ ਉਹ ਖੁਦ ਵੀ ਨਿਰਭਉ ਹੋ ਜਾਂਦਾ। ਪ੍ਰਭੂ ਨਾਲ ਇੱਕ ਰੂਪਤਾ ਉਸਨੂੰ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਉਸਦੇ ਸਾਰੇ ਡਰ ਖਤਮ ਹੋ ਜਾਂਦੇ ਹਨ। ਨਾਮੇ ਹੀ ਤੇ ਹਮ ਨਿਰਭਉ ਪਏ, ਨਾਮੇ ਆਵਨ ਜਾਵਨ ਰਹੇ। ਗੁਰ ਪੂਰੈ ਮੇਲੇ ਗੁਣਤਾਸ, ਕਹੋ ਨਾਨਕ ਸੁਖ ਸਹਿਜ ਨਿਵਾਸ। ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣਨਿਤ ਗਈਐ। ਪੁਰਖ ਪਤੇ ਭਗਵਾਨ ਤਾਂ ਕਿ ਸ਼ਰਨ ਗਹੀ, ਨਿਰਭਉ ਭਏ ਪ੍ਰਾਨ ਚਿੰਤਾ ਸਗਲ ਲਈ। ਨਿਰਭਉ ਭਏ ਖਸਮ ਸੰਗ ਰਾਤੇ, ਜਮ ਕੀ ਤ੍ਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋਂ ਲਿਵ ਲਾਏ। ਨਿਰਭਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕਹਿ ਮਨ ਭਾਣੇ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਰੋਗ ਸੋਗ ਦੁੱਖ ਜਰਾ ਮਰਾ, ਹਰ ਜਨੈ ਨਹੀਂ ਨਿਕਟਾਨੀ। ਨਿਰਭਉ ਹੋਏ ਰਹੇ ਲਿਵ ਏਕੈ, ਨਾਨਕ ਹਰ ਮਨਮਾਨੀ। ਅੰਤਰਜਾਮੀ ਕਰਣੈ ਹਾਰਾ, ਸੋਈ ਖਸਮ ਹਮਾਰਾ। ਨਿਰਭਉ ਭਏ ਗੁਰਚਰਣੀ ਲਾਗੇ, ਇੱਕ ਰਾਮ ਨਾਮ ਆਧਾਰ।
ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਭੈ ਕਾਰਨ ਪ੍ਰਵ੍ਰਿਤ ਹੋਇਆ ਸਾਧਕ ਹੁਣ ਨਿਰਭਉ ਹੋ ਕੇ ਨਿਵ੍ਰਿਤ ਹੋ ਗਿਆ। ਸਹਿਜ ਅਤੇ ਆਨੰਦ ਦੀ ਅਵਸਥਾ ਆਪਣੇ ਯਤਨ ਨਾਲ ਪ੍ਰਾਪਤ ਨਹੀਂ ਹੁੰਦੀ, ਆਪਣੀ ਕੋਸ਼ਿਸ਼ ਨਾਲ ਪ੍ਰਾਪਤ ਨਹੀਂ ਹੁੰਦੀ। ਜਿਸ ਉੱਤੇ ਪ੍ਰਭੂ ਦੀ ਕਿਰਪਾ ਹੋਵੇ ਉਹ ਹੀ ਇਹ ਅਵਸਥਾ ਪ੍ਰਾਪਤ ਕਰ ਸਕਦਾ ਹੈ। ਰੱਖਣਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਣ, ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਣ। ਸਹਿਜ ਦੀ ਅਵਸਥਾ ਵਿੱਚ ਟਿਕਿਆ ਸਾਧਕ ਆਮ ਇਨਸਾਨ ਵਾਂਗ ਸੰਸਾਰ ਵਿੱਚ ਵਿਚਰਦਾ ਰਹਿੰਦਾ, ਅੰਦਰੋਂ ਉਹ ਪ੍ਰਭੂ ਨਾਲ ਇੱਕ ਰੂਪ ਹੋ ਚੁੱਕਾ ਹੁੰਦਾ ਹੈ। ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਧੇ ਭਰਮੀ ਅਲੇ ਪੰਜ ਜਨਾ ਸਿਉਂ ਬਾਦ ਬਤੋਗਾ ਚੇਤ ਸੁਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਿਕ ਕਲਾ ਚਿਤ ਮਾਂਡੀ ਅਲੇ। ਰਹਾਓ ਆਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚਿਤ ਸੁਗਾਗਰ ਰਾਖੀ ਲੈ। ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੁ ਬਛੜਾ ਰਾਖੀ ਲੈ। ਕਹਿਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌੜੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁ ਬਾਰਿਕ ਰਾਖੀ ਅਲੇ। ਉਸਦੇ ਕਰਮ ਹੁਣ ਆਪਣੇ ਲਈ ਨਹੀਂ ਹੁੰਦੇ, ਬਲਕਿ ਉਹ ਆਪਣੇ ਕਰਮ ਪ੍ਰਭੂ ਨੂੰ ਸਮਰਪਿਤ ਕਰ ਦਿੰਦਾ। ਉਸਦੇ ਕਰਮ ਧਰਮ ਅਰਥ ਜਾਂ ਕਾਮ ਦੀ ਪੂਰਤੀ ਲਈ ਨਹੀਂ ਹੁੰਦੇ, ਉਹ ਨਿਸ਼ਕਾਮ ਕਰਮ ਕਰਦਾ। ਉਸਦੇ ਕਰਮ ਕਰਨ ਪਿੱਛੇ ਕੋਈ ਵੀ ਇੱਛਾ ਨਹੀਂ ਹੁੰਦੀ। ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਝੈ ਕੇਵਲ ਭਗਤ ਕੀਰਤਨ ਸੰਗ ਰਾਝੈ। ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜ ਹੈ ਅਵਰਹਿ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਨੀਂਦ ਦੀ ਅਵਸਥਾ ਦਾ ਵਰਣਨ ਕਰਦਿਆਂ ਅਸੀਂ ਕਹਿ ਚੁੱਕੇ ਹਾਂ ਕਿ ਨੀਂਦ ਦੀ ਅਵਸਥਾ ਕੋਈ ਅਜਿਹੀ ਅਵਸਥਾ ਨਹੀਂ ਹੈ ਜੋ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੋਵੇ। ਜੇ ਕੋਈ ਜੀਵ 6 ਘੰਟੇ ਦੀ ਨੀਂਦ ਲੈਂਦਾ ਹੈ ਤਾਂ ਇਹਨਾਂ 6 ਘੰਟਿਆਂ ਦੌਰਾਨ ਉਹ ਨੀਂਦ ਅਤੇ ਸੁਪਨੇ ਦੀਆਂ ਵੱਖ ਵੱਖ ਅਵਸਥਾਵਾਂ ਵਿੱਚੋਂ ਗੁਜ਼ਰਦਾ ਹੈ। ਪਹਿਲਾਂ ਕੱਚੀ ਨੀਂਦ ਦੀ ਅਵਸਥਾ ਵਿੱਚ ਜਾਂਦਾ ਹੈ, ਕੁਝ ਦੇਰ ਬਾਅਦ ਉਹ ਡੂੰਘੀ ਨੀਂਦ ਵਿੱਚ ਚਲਾ ਜਾਂਦਾ, ਉਸ ਮਗਰੋਂ ਉਹ ਫਿਰ ਕੱਚੀ ਨੀਂਦ ਵਿੱਚ ਆ ਜਾਂਦਾ, ਫਿਰ ਉਹ ਸੁਪਨੇ ਦੀ ਅਵਸਥਾ ਵਿੱਚੋਂ ਗੁਜ਼ਰਦਾ ਅਤੇ ਫਿਰ ਉਸਦੀ ਨੀਂਦ ਖੁੱਲ੍ਹ ਜਾਂਦੀ। ਇਹ ਇੱਕ ਚੱਕਰ ਹੈ। ਨੀਂਦ ਖੁੱਲ੍ਹਣ ਤੋਂ ਬਾਅਦ ਉਹ ਫਿਰ ਕੱਚੀ ਨੀਂਦ, ਫਿਰ ਗੂੜੀ ਨੀਂਦ, ਫਿਰ ਕੱਚੀ ਨੀਂਦ, ਫਿਰ ਸੁਪਨਾ, ਫਿਰ ਨੀਂਦ ਟੁੱਟਣ ਦੀ ਜਿਹੜੀ ਅਵਸਥਾ ਹੈ ਇਹਦੇ ਚੱਕਰਾਂ ਵਿੱਚੋਂ ਵਾਰ ਵਾਰ ਲੰਘਦਾ ਰਹਿੰਦਾ। ਇੱਕ 6 ਘੰਟੇ ਦੀ ਨੀਂਦ ਵਿੱਚ ਕੋਈ ਜੀਵ ਅਜਿਹੇ 5 ਜਾਂ 6 ਚੱਕਰਾਂ ਵਿੱਚੋਂ ਲੰਘ ਸਕਦਾ ਹੈ। ਸਮਾਧੀ ਦੀ ਅਵਸਥਾ ਬਾਰੇ ਵੀ ਅਜਿਹਾ ਹੀ ਹੈ। ਸਮਾਧੀ ਦੀ ਅਵਸਥਾ ਦੌਰਾਨ ਸਾਧਕ ਸੰਪਰਗਿਆ ਸਮਾਧੀ ਤੋਂ ਵਿਵੇਕ ਖਿਆਤੀ, ਵਿਵੇਕ ਖਿਆਤੀ ਤੋਂ ਵਾਪਸ ਸੰਪਰਗਿਆ ਸਮਾਧੀ ਜਾਂ ਵਿਵੇਕ ਖਿਆਤੀ ਤੋਂ ਅਸੰਪਰਗਿਆ ਸਮਾਧੀ, ਅਸੰਪਰਗਿਆ ਸਮਾਧੀ ਤੋਂ ਵਾਪਸ ਵਿਵੇਕ ਖਿਆਤੀ ਜਾਂ ਅਸੰਪਰਗਿਆਤ ਸਮਾਧੀ ਤੋਂ ਵਾਪਸ ਸੰਪਰਗਿਆ ਸਮਾਧੀ ਦੀ ਅਵਸਥਾ ਵਿੱਚ ਆਉਂਦਾ ਜਾਂਦਾ ਰਹਿੰਦਾ। ਇਸੇ ਦੌਰਾਨ ਕੋਈ ਸਧਾਰਨ ਸਾਧਕ ਨੀਂਦ ਜਾਂ ਜਾਗਰਤ ਦੀ ਅਵਸਥਾ ਵਿੱਚ ਵੀ ਜਾ ਸਕਦਾ, ਜਿੱਥੇ ਉਹ ਸਧਾਰਨ ਮਨੁੱਖ ਵਾਂਗ ਵਿਵਹਾਰ ਕਰਦਾ। ਇਹ ਜਾਗਰਤ ਅਵਸਥਾ ਹੀ ਅਜਿਹੇ ਸਾਧਕ ਦੀ ਸਥਾਈ ਅਵਸਥਾ ਹੈ, ਹਾਲਾਂਕਿ ਉਹ ਸਮਾਧੀ ਦੀ ਅਵਸਥਾ ਵਿੱਚ ਵੀ ਪੁੱਜਦਾ ਰਹਿੰਦਾ। ਪਰੰਤੂ ਵੱਡੇ ਭਾਗਾਂ ਵਾਲਾ ਸਾਧਕ ਜਿਹੜੀ ਸਥਾਈ ਅਵਸਥਾ ਗ੍ਰਹਿਣ ਕਰਦਾ ਉਹ ਸਹਿ ਸਮਾਧੀ ਦੀ ਅਵਸਥਾ ਹੈ।
ਜਦੋਂ ਵੀ ਉਹ ਦੁਨਿਆਵੀ ਕਾਰ ਵਿਹਾਰ ਕਰ ਰਿਹਾ ਪ੍ਰਤੀਤ ਹੁੰਦਾ ਹੈ, ਉਦੋਂ ਸਧਾਰਨ ਜਾਗਰਤ ਅਵਸਥਾ ਵਿੱਚ ਨਾ ਹੋ ਕੇ ਸਹਿਜ ਸਮਾਧੀ ਦੀ ਅਵਸਥਾ ਵਿੱਚ ਹੁੰਦਾ ਹੈ। ਅਜਿਹਾ ਸਾਧਕ ਹੀ ਜੀਵਨ ਮੁਕਤ ਆਖਿਆ ਜਾਂਦਾ ਹੈ। ਸਧਾਰਨ ਜੀਵ ਉਸਦੀ ਐਸੀ ਅਵਸਥਾ ਨੂੰ ਸਮਝ ਸਕਣ ਤੋਂ ਅਸਮਰਥ ਹੁੰਦਾ ਹੈ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਉਹ ਪਾਪ ਪੁੰਨ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ, ਦੁੱਖ ਅਤੇ ਸੁੱਖ ਉਸ ਲਈ ਬਰਾਬਰ ਹੋ ਜਾਂਦੇ ਹੈ, ਸੋਨਾ ਅਤੇ ਮਿੱਟੀ ਉਸ ਲਈ ਇੱਕੋ ਜਿਹੇ ਹੋ ਜਾਂਦੇ ਹੈ। ਉਹ ਆਨੰਦ ਦੀ ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਜੋ ਕਦੇ ਖਤਮ ਨਹੀਂ ਹੁੰਦੀ। ਐਸੀ ਅਵਸਥਾ ਨੂੰ ਵਿਚਾਰਵਾਨਾਂ ਨੇ ਕਈ ਨਾਮ ਦਿੱਤੇ ਹਨ, ਕੋਈ ਵੀ ਨਾਮ ਦੇ ਦਿੱਤਾ ਜਾਏ ਕੋਈ ਫਰਕ ਨਹੀਂ ਪੈਂਦਾ, ਕੋਈ ਵੀ ਨਾਮ ਉਸ ਮਹਾਂਗਿਆਨੀ ਦਾ ਵਰਣਨ ਕਰਨ ਵਿੱਚ ਅਸਮਰਥ ਹੀ ਰਹੇਗਾ। ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸਹਿਜ ਸਮਾਧੀ ਵਿੱਚ ਸਾਧਕ ਨਿਰੰਤਰ ਅਨਾਹਤ ਨਾਦ ਰਾਹੀਂ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਤ੍ਰਿਗੁਣਾਤਮਕ ਚਿੱਤ ਦਾ ਪ੍ਰਯੋਗ ਇੱਕ ਔਜਾਰ ਵਾਂਗੂ ਕਰਦਾ ਰਹਿੰਦਾ ਹੈ। ਉਹ ਇਹ ਜਾਣਦਾ ਹੈ ਕਿ ਲੋਕ ਉਸਨੂੰ ਕਿਸੇ ਵਿਸ਼ੇਸ਼ ਨਾਮ, ਰੰਗ, ਨਸਲ, ਲਿੰਗ ਜਾਂ ਸੰਪਰਦਾਇ ਆਦਿ ਨਾਲ ਸੰਬੰਧਿਤ ਸਮਝਦੇ ਹਨ, ਪਰ ਅੰਦਰੋਂ ਉਹ ਨਾਮ, ਰੰਗ, ਨਸਲ, ਲਿੰਗ ਜਾਂ ਸੰਪਰਦਾਇ ਆਦਿ ਦੇ ਭੇਦ ਤੋਂ ਰਹਿਤ ਹੁੰਦਾ ਹੈ। ਸਹਿਜ ਸਮਾਧੀ ਦੀ ਅਵਸਥਾ ਉਹਨਾਂ ਸਭ ਭਗਤਾਂ ਅਤੇ ਸੰਤਾਂ ਦੇ ਚਿੱਤ ਦੀ ਅਵਸਥਾ ਹੈ ਜਿਨ੍ਹਾਂ ਨੇ ਸੰਸਾਰ ਦੇ ਵਿਸ਼ਿਆਂ ਨਾਲੋਂ ਪ੍ਰਭੂ ਭਗਤੀ ਵੱਲ ਜ਼ਿਆਦਾ ਰੁਚੀ ਦਿਖਾਈ। ਮਹਾਂਰਿਸ਼ੀਆਂ ਅਤੇ ਗੁਰੂਆਂ ਦੇ ਉਹ ਵਚਨ ਜੋ ਸਾਡੇ ਲਈ ਹਮੇਸ਼ਾ ਹੀ ਚਾਨਣ ਮੁਨਾਰੇ ਦਾ ਕੰਮ ਕਰਦੇ ਆਏ ਹਨ, ਉਦੋਂ ਉਚਾਰੇ ਗਏ ਸਨ ਜਦੋਂ ਉਹ ਸਹਿਜ ਸਮਾਧੀ ਦੀ ਅਵਸਥਾ ਵਿੱਚ ਸਨ। ਉਹ ਵਚਨ ਕੋਈ ਸਧਾਰਨ ਕਵੀਆਂ ਦੇ ਵਚਨ ਨਹੀਂ ਹਨ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਸਧਾਰਨ ਕਵੀਆਂ ਅਤੇ ਲੇਖਕਾਂ ਦੇ ਵਚਨ ਜਿਸ ਅਵਸਥਾ ਵਿੱਚ ਲਿਖੇ ਜਾਂ ਉਚਾਰੇ ਜਾਂਦੇ ਹਨ ਉਹ ਜਾਗਰਤ ਦੀ ਸਧਾਰਨ ਅਵਸਥਾ ਹੁੰਦੀ ਹੈ। ਗੁਰੂਆਂ ਅਤੇ ਮਹਾਂਰਿਸ਼ੀਆਂ ਦੇ ਵਚਨ ਉਦੋਂ ਉਚਾਰੇ ਜਾਂ ਲਿਖੇ ਜਾਂਦੇ ਹਨ ਜਦੋਂ ਉਹ ਸਹਿਜ ਸਮਾਧੀ ਦੀ ਅਵਸਥਾ ਵਿੱਚ ਵਿਚਰ ਰਹੇ ਹਨ।